ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਛੋਟਿਆਂ ਨੂੰ ਪਿਆਰ ਤੇ ਵੱਡਿਆਂ ਦੇ ਪੈਰੀ ਪੈਂਦੇ ਆ। ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੈਲਕਮ ਬੈਕ ਟੂ ਦ ਚੈਨਲ। ਤੇ ਬਾਕੀ ਉਮੀਦ ਕਰਦੇ ਆ ਵੀ ਸਾਰੇ ਤਕੜੇ ਹੋ, ਠੀਕ ਠਾਕ ਹੋ, ਚੜ੍ਹਦੀ ਕਲਾ ਦੇ ਵਿੱਚੋਂ। ਮੰਮੀ ਨਾ ਬਹੁਤ ਦੇਰ ਤੋਂ ਕਹਿ ਰਿਹਾ ਸੀ ਕਿ ਵੀ ਆਪਾਂ ਨਿੰਬੂ ਦੇ ਅਚਾਰ ਦੀ ਰੈਸਪੀ ਪਾਉਣੀ ਆ। ਤੇ ਮਤਲਬ ਜਿਹੜੀ ਕਿ ਮੰਮੀ ਕੋਲ ਰੈਸਪੀ ਆ, ਇਹ ਮੇਰੇ ਪਿਤਾ ਜੀ ਨੇ, ਮਤਲਬ ਮੇਰੇ ਦਾਦਾ ਜੀ ਨੇ ਦਿੱਤੀ ਸੀਗੀ। ਅਸੀਂ ਪਿਤਾ ਜੀ ਉਹ ਕਹਿੰਦੇ ਹੁੰਦੇ ਹਾਂ ਉਹਨਾਂ ਨੂੰ। ਤੇ ਵਿਚਾਰੇ ਹੁਣ ਤਾਂ ਪੂਰੇ ਹੋ ਗਏ ਉਹ। ਮੇਰੇ ਧੁੱਪ ਪੈ ਰਹੀ ਆ ਮੂੰਹ ਤੇ ਬਹੁਤ। ਹਾਂ, ਇੱਧਰ ਸ਼ਾਮ ਜੀ ਦਾ ਟਾਈਮ ਆ ਤਾਂ ਉਹ ਰੈਸਪੀ ਨਾ ਮੰਮੀ ਕਾਫੀ ਦੇਰ ਦੇ ਸੋਚਦੇ, ਕਹਿੰਦੇ ਆਪਾਂ ਸ਼ੇਅਰ ਕਰਨੀ ਹੈ ਜ਼ਰੂਰ। ਅਤੇ ਕਾਫੀਆਂ ਨੇ ਕਮੈਂਟ ਕਰਕੇ ਕਿਹਾ ਵੀ ਸੀਗਾ ਵੀ ਨਿੰਬੂ ਦੇ ਚਾਹ ਦੀ ਰੈਸਪੀ ਸ਼ੇਅਰ ਕਰਿਓ। ਤਾਂ ਅਸੀਂ ਵੇਟ ਕਰ ਰਹੇ ਸੀ ਵੀ ਨਿੰਬੂ ਸਾਡੇ ਕਦੋਂ ਰੈਡੀ ਹੋਣਗੇ। ਤਾਂ ਹੁਣ ਜਾ ਕੇ ਨਾ 7-8 ਨਿੰਬੂ ਰੈਡੀ ਹੋਏ, ਨਿੰਬੂ ਪੀਲੇ ਹੋਏ ਆ ਹੁਣ। ਤਾਂ ਉਸ ਹਿਸਾਬ ਨਾਲ ਮਤਲਬ ਕਿਲੋ ਕੁ ਨਿੰਬੂ ਹੋ ਗਏ ਸੀਗੇ, ਉਸ ਹਿਸਾਬ ਨਾਲ ਹੁਣ ਵੀ ਚੱਲ ਰੈਸਪੀ ਪ੍ਰੋਪਰ ਬਣ ਜਾਵੇ। ਆਹ ਦੇਖੋ ਥੱਲੇ ਬੂਟਾ ਲੱਗਿਆ ਹੋਇਆ ਆਪਣੇ, ਆਪਣੀ ਉਹ ਜਗ੍ਹਾ ਵਾ ਨਾਲ ਨਾਲ ਘਰ ਦੀ, ਹੈ ਨਾ। ਅਤੇ ਆਹ ਬੂਟਾ ਵਾ, ਇੱਕ ਬੂਟਾ ਉੱਧਰ ਲਾਇਆ ਹੋਇਆ ਅਤੇ ਇੱਕ ਆਹ ਬੂਟਾ ਵਾ। ਇਹਦੇ ਹੁਣ ਕਾਫੀ ਨਿੰਬੂ ਆਏ ਹੋਏ ਨੇ, ਦੇਖ ਸਕਦੇ ਹੋ ਤੁਸੀਂ। ਤਾਂ ਜਿੰਨੇ ਕੁ ਉਤਰੇ ਅਸੀਂ ਲਾ ਕੇ ਅੱਜ ਆਪਾਂ ਰੈਸਪੀ ਤਿਆਰ ਕਰਨੀ ਆ ਫਿਰ ਉਹਦੀ। ਮੰਮੀ ਨੇ ਮਸਾਲੇ ਮਸੂਲੇ ਸਾਰੇ ਰੈਡੀ ਕਰਕੇ ਰੱਖੇ ਹੋਏ ਨੇ ਤੇ ਦਿਖਾਉਂਦੇ ਆ ਤੁਹਾਨੂੰ ਰੈਸਪੀ ਕਿੱਦਾਂ ਬਣਾਉਣਾ ਆਪਾਂ ਨਿੰਬੂ ਦਾ ਅਚਾਰ। ਅੱਛਾ, ਇਹ ਜਿਹੜਾ ਨਿੰਬੂ ਦਾ ਅਚਾਰ ਆ, ਬਾਕੀ ਮੰਮੀ ਥੋੜਾ ਡਿਟੇਲ 'ਚ ਦੱਸਣਗੇ, ਮੈਨੂੰ ਛੋਟੇ ਹੁੰਦੇ ਤੋਂ ਮਾੜਾ ਮੋਟਾ ਯਾਦ ਆ ਵੀ ਘੱਟੋ ਘੱਟ ਜਿਵੇਂ 10-10 ਸਾਲ ਪਿਆ ਰਹਿੰਦਾ ਸੀਗਾ ਅਤੇ ਅਚਾਰ ਖਰਾਬ ਨਹੀਂ ਸੀ ਹੁੰਦਾ, ਪਰ ਥੋੜ੍ਹੀਆਂ ਜਿਹੀਆਂ ਜਿਵੇਂ ਕਹਿ ਲਓ ਪ੍ਰੀਕੋਸ਼ਨਸ ਹੁੰਦੀਆਂ ਉਹਦਾ ਖਿਆਲ ਰੱਖਣਾ ਆਪਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਮੈਂ ਬੇਟੇ ਨੂੰ ਕਾਫੀ ਦੇਰ ਦੀ ਕਹਿੰਦੀ ਸੀ, ਮੈਂ ਕਿਹਾ ਆਪਾਂ ਨਿੰਬੂ ਦੇ ਅਚਾਰ ਦੀ ਰੈਸਪੀ ਪਾਈਏ। ਸਾਡੇ ਪਿਤਾ ਜੀ, ਮਤਲਬ ਮੇਰੇ ਸਹੁਰਾ ਸਾਹਿਬ, ਉਹਨਾਂ ਨੇ ਮੈਨੂੰ ਰੈਸਪੀ ਦਿੱਤੀ ਸੀਗੀ, ਬਹੁਤ ਪਿਆਰ ਕਰਦੇ ਹੁੰਦੇ ਸੀਗੇ, ਹੁਣ ਤਾਂ ਇਸ ਟਾਈਮ ਹੈ ਨਹੀਂ ਗਏ, ਅਤੇ ਉਹਨਾਂ ਦੀ ਯਾਦ ਵੀ ਆ ਰਹੀ ਅੱਜ ਮੈਨੂੰ ਬਹੁਤ ਜ਼ਿਆਦਾ। ਅਤੇ ਆਪਾਂ ਨਾ ਤੁਹਾਨੂੰ ਤੁਹਾਡੇ ਨਾਲ ਉਹ ਸਾਂਝੀ ਕਰਨ ਲੱਗੇ ਰੈਸਪੀ, ਉਹ ਕਾਫੀ ਦੇਰ ਨਹੀਂ ਅਚਾਰ ਖਰਾਬ ਹੁੰਦਾ। ਅਤੇ ਚਲੋ ਆਪਾਂ ਮੰਮੀ ਕਿੰਨਾ ਕਿੰਨਾ ਟਾਈਮ ਕੱਢ ਜਾਂਦਾ ਅਚਾਰ ਇਹ? ਇਹ ਕਾਫੀ, ਜੇ ਆਪਾਂ ਇਹਦਾ ਬਿਲਕੁਲ ਧਿਆਨ ਰੱਖੀਏ, ਗਿੱਲੇ ਹੱਥ ਨਾ ਲਾਈਏ, ਭਾਂਡਾ ਸਾਫ਼ ਸੁਥਰੇ ਦੇ ਵਿੱਚ ਪਾਈਏ, ਕੱਚ ਦੇ ਵਿੱਚ, ਮਤਲਬ ਕੁਛ ਚੀਜ਼ਾਂ ਦਾ, ਗੱਲਾਂ ਦਾ ਧਿਆਨ ਰੱਖੀਏ, ਫਿਰ ਇਹ ਘੱਟ ਤੋਂ ਘੱਟ 10 ਸਾਲ ਕੱਢ ਜਾਂਦਾ। ਇੰਨਾ ਕੁ ਮੈਨੂੰ ਯਾਦ ਆ ਵੀ ਤੁਸੀਂ ਹਮੇਸ਼ਾ ਹੀ ਸਾਡਾ ਕਦੇ ਖਰਾਬ ਹੀ ਨਹੀਂ ਸੀ ਹੋਇਆ। ਹਾਂ, ਆਪਣਾ ਖਰਾਬ ਹੋ ਜਾਂਦੀ, ਜਿਵੇਂ ਕਈ ਕਹਿੰਦੇ ਨੇ ਵੀ ਉਹਦੇ ਵਿੱਚ ਉਹ ਕੀ ਕਹਿੰਦੇ ਹੁੰਦੇ ਆ, ਹਰਿਆ ਉਰਲੀ ਲੱਗ ਜਾਂਦੀ ਆ, ਕਦੇ ਨਹੀਂ ਲੱਗੀ 10-10 ਸਾਲ ਸਾਡੇ ਨਹੀਂ। ਆਪਣੇ ਮਰਤਬਾਨ ਮਿੱਟੀ ਦੇ ਮਰਤਬਾਨ ਹੁੰਦੇ ਸੀਗੇ, ਮਿੱਟੀ ਉਹ 'ਚ ਬਹੁਤ ਵਧੀਆ ਰਹਿੰਦਾ, ਬਾਕੀ ਧੁੱਪ ਤਾਂ ਵੀ ਲਵਾਉਂਦੇ ਹੁੰਦੇ ਮੈਨੂੰ ਲੱਗਦਾ। ਧੁੱਪ ਵੀ ਪਹਿਲਾਂ ਮਤਲਬ ਜਦੋਂ ਸਟਾਰਟਿੰਗ ਦੇ ਵਿੱਚ, ਅਤੇ ਤੇਰੇ ਨਾਨਕੇ ਵੀ ਮੈਂ ਤਾਂ ਬਣਾ ਕੇ 10-10 ਕਿਲੋ ਇਕੱਠਾ ਹੀ ਗੱਡੀ ਦੇ ਵਿੱਚ ਰਲ ਕੀਤਾ ਸੀ, ਵਿਚਾਰ ਦੇ ਦਿੰਦੇ ਹਾਂ। ਅਤੇ ਮਸਾਲੇ ਤੁਹਾਨੂੰ ਮਣੀ ਦੱਸ ਦਿੰਦੀ ਆ, ਅਚਾਰ ਮੈਂ ਕਦੇ ਪਾਇਆ ਨਹੀਂ, ਪਰ ਮਸਾਲੇ ਮੰਮੀ ਨੇ ਜਦੋਂ ਪਾਇਆ ਪਲੇਟ 'ਚ, ਉਹ ਮੈਂ ਦੇਖਿਆ ਕੀ ਹਿਸਾਬ। ਮੈਂ ਥੋੜ੍ਹੀ ਟ੍ਰੇਨਡ ਕਰੀਏ ਮਣੀ ਵੀ ਚਾਰ ਪੌਂਡ 'ਚ। ਅਤੇ ਸਭ ਤੋਂ ਪਹਿਲੀ ਗੱਲ ਹੈ, ਅਚਾਰ ਜਦੋਂ ਪਾਉਣਾ ਆ ਆਪਾਂ ਨਿੰਬੂ ਚਾਹੀਦਾ, ਨਿੰਬੂਆਂ ਦਾ ਸਾਈਜ਼ ਹੈਗਾ ਇਹ ਵਾਲਾ, ਇਸ ਤੋਂ ਵੱਡੇ ਛੋਟੇ ਹੋਣ ਉਸ ਹਿਸਾਬ ਨਾਲ ਨਿੰਬੂ ਘਟਾ ਵਧਾ ਲੈਣੇ ਆ। ਇਹ 7 ਕੁ ਨਿੰਬੂ ਨੇ, 1/2 ਕਿਲੋ ਨਿੰਬੂ ਬਣਦੇ ਆ ਜੋ। ਅਤੇ ਨਾਲ ਹੀ ਆਪਣੇ ਕੋਲ ਮਸਾਲਾ ਆ, ਮਸਾਲੇ ਦਾ ਜੋ ਨਾਪ ਹੈ ਆਪਾਂ ਲੈਣਾ ਹੈਗਾ ਆ ਚਮਚਿਆਂ ਦੇ ਹਿਸਾਬ ਨਾਲ। ਚਮਚੇ 2 ਤਰ੍ਹਾਂ ਦੇ ਨੇ, ਇੱਕ ਵੱਡਾ ਚਮਚਾ ਸਾਈਜ਼ ਹੈ, ਇੱਕ ਛੋਟਾ ਸਾਈਜ਼ ਹੈ, ਇੱਦਾਂ ਦਾ ਇੰਨਾ ਕੁ ਸਾਈਜ਼ ਇਹ। ਸੋ ਜਿਹੜਾ ਵੱਡਾ ਚਮਚਾ ਆ, ਸਭ ਤੋਂ ਪਹਿਲਾਂ ਆਪਾਂ ਲੈਣਾ ਜੀਰਾ, ਵੱਡਾ 1 ਚਮਚਾ ਜੀਰੇ ਦਾ, ਅਤੇ ਵੱਡਾ 1 ਚਮਚਾ ਹੀ ਨਾਲ ਆਪਾਂ ਲੈਣਾ ਜਮੈਣ ਦਾ, ਠੀਕ ਹੈ, ਜਮੈਣ ਜੀਰਾ ਹੋ ਗਿਆ ਜੀ। ਇਸ ਤੋਂ ਬਾਅਦ ਆਪਾਂ ਲੈਣਾ ਥੋੜ੍ਹੀ ਜਿਹੀ ਦਾਲਚੀਨੀ, ਅਤੇ ਨਾਲ ਹੀ 1 ਛੋਟਾ ਚਮਚਾ ਲੈਣਾ ਹੈਗਾ ਕਾਲੀਆਂ ਮਿਰਚਾਂ ਦਾ, 1 ਛੋਟਾ ਚਮਚਾ ਲੈਣਾ ਹੈਗਾ ਸੁੰਡ ਦਾ, ਅਤੇ ਨਾਲ 2 ਵੱਡੀਆਂ ਇਲਾਇਚੀਆਂ ਛਿੱਲ ਕੇ ਬੀ ਕੱਢੇ ਹੋਏ ਆ, ਅਤੇ ਨਾਲ ਨੂੰ ਲੈਣੇ ਹੈਗੇ 4-5 ਕੁ ਲੌਂਗ, ਅਤੇ 1 ਚੂੰਡੀ ਲੈਣੀ ਆ ਹਿੰਗ। ਅੱਛਾ, ਜਿਹੜੇ ਨਿੰਬੂ ਨੇ ਇਹ ਆਪਾਂ ਧੋ ਕੇ ਸੁਕਾ ਕੇ ਅਤੇ ਚੰਗੀ ਤਰ੍ਹਾਂ ਪੂੰਝ ਕੇ ਫਿਰ ਇਹਨੂੰ ਮੈਂ ਧੁੱਪ ਲਵਾ ਲਈ ਸੀ ਪੂਰੇ ਦਿਨ ਲਈ, ਅਤੇ ਮਤਲਬ ਇਹ ਗਿੱਲੇ ਨਹੀਂ ਹੋਣੇ ਚਾਹੀਦੇ, ਅਤੇ ਜਿਸ ਵੀ ਭਾਂਡੇ ਦੇ ਵਿੱਚ ਰੱਖਣਾ ਉਹ ਵੀ ਭਾਂਡਾ ਸੁੱਕਾ ਹੋਣਾ ਚਾਹੀਦਾ। ਚਲੋ ਇੱਕ ਨਾਲ ਆ ਵੀ ਚਾਹੀਦਾ ਚਾਕੂ ਵੀ, ਅਤੇ 250 ਗ੍ਰਾਮ ਇਹਦੇ ਵਿੱਚ ਵਾਈਟ ਸ਼ੂਗਰ ਪਏਗੀ। ਇਹ ਆਪਾਂ ਅਚਾਰ ਪਾਉਣ ਤੋਂ 1 ਹਫ਼ਤਾ ਬਾਅਦ ਧੁੱਪ ਲਵਾ ਕੇ 1 ਹਫ਼ਤੇ ਲਈ, ਉਸ ਤੋਂ ਬਾਅਦ ਦੇ ਵਿੱਚ ਇਹ ਪਾਉਣੀ ਆ। ਅਤੇ 100 ਗ੍ਰਾਮ ਆਪਾਂ ਨੂੰ ਚਾਹੀਦਾ ਵਾਈਟ ਨਮਕ,
ਤੇ ਇੱਕ ਸਪੂਨ ਹੈ ਵੱਡਾ ਜਿਹੜਾ ਹੈ ਉਹ ਮੈਂ ਲਿਆ ਇਹਦਾ ਲਾਲ ਸਾਲਟ ਜਿਹੜਾ ਹਿਮਾਲੀਅਨ ਸਾਲਟ ਹੁੰਦਾ ਹੈ ਅਤੇ ਕੱਚ ਦਾ ਆਪਾਂ ਨੂੰ ਭਾਂਡਾ ਚਾਹੀਦਾ ਇਹਦੇ ਵਾਸਤੇ ਇਹਦੇ ਵਿੱਚ ਚਾਰ ਜਿਹੜਾ ਇਹ ਖਰਾਬ ਨਹੀਂ ਹੁੰਦਾ ਬਹੁਤ ਵਧੀਆ ਰਹਿੰਦਾ ਅਤੇ ਸੁੱਕਾ ਹੋਵੇ ਧੋਤੀ ਜਿਹੜੇ ਆਪਣੇ ਮਸਾਲੇ ਨੇ ਨਾ ਇਹ ਸਾਰੇ ਆਪਾਂ ਰਗੜ ਲੈਣੇ ਆ ਮਤਲਬ ਬਰੀਕ ਕਰ ਲੈਣੇ ਆ ਅਜਵਾਇਣ ਤੁਹਾਡੀ ਇੱਛਾ ਜੇ ਤੁਸੀਂ ਮੋਟੀ ਖਾਣੀ ਚਾਹੁੰਦੇ ਹੋ ਅਤੇ ਤੁਸੀਂ ਬੇਸ਼ੱਕ ਨਾ ਰਗੜੋ ਬਾਕੀ ਸਾਡੇ ਘਰ ਮਤਲਬ ਬਰੀਕ ਖਾਂਦੇ ਆ ਸਾਰੇ ਜਣੇ ਤਾਂ ਕਰਕੇ ਰਗੜ ਲੈਣੇ ਆਪਾਂ ਅਤੇ ਜੇ ਹਿੰਗ ਤੁਹਾਨੂੰ ਲੱਗਦਾ ਕਿ ਤੁਹਾਨੂੰ ਟੇਸਟ ਹਿੰਗ ਦਾ ਜ਼ਿਆਦਾ ਵਧੀਆ ਨਹੀਂ ਲੱਗਦਾ ਤੁਸੀਂ ਨਾ ਵੀ ਪਾਉਣੀ ਚਾਹੋ ਤਾਂ ਕੋਈ ਪ੍ਰੋਬਲਮ ਨਹੀਂ ਇੱਕ ਮੈਂ ਵਿੱਚ ਮਿਰਚ ਨਹੀਂ ਪਾਈ ਅਸੀਂ ਮਿਰਚ ਨਹੀਂ ਚਾਰ 'ਚ ਪਾਉਂਦੇ ਜੇ ਤੁਸੀਂ ਪਾਉਣੀ ਚਾਹੋ ਤਾਂ ਆਪਣਾ ਲਾਲ ਮਿਰਚ ਪਾ ਸਕਦੇ ਹੋ ਇਹਦੇ ਵਿੱਚ ਕਿਉਂਕਿ ਹਰੀ ਪਾਵਾਂਗੇ ਉਹ ਤਾਂ ਚਾਰ ਖਰਾਬ ਕਰ ਦੂ ਅਤੇ ਉਹ ਆਪਸ਼ਨ ਆ ਤੁਹਾਡੀ ਮਰਜ਼ੀ ਦਾ ਹੁਣ ਆਪਣੇ ਕੋਲ ਜਿਹੜੇ ਸਾਰੇ ਮਸਾਲੇ ਨੇ ਇਹਨਾਂ ਦੇ ਵਿੱਚ ਪਾਊਡਰ ਮਸਾਲਾ ਇੱਕੋ ਹੀ ਆ ਹਿੰਗ ਸੋ ਹਿੰਗ ਨੂੰ ਆਪਾਂ ਨੂੰ ਗ੍ਰਾਇੰਡ ਕਰਨ ਦੀ ਲੋੜ ਨਹੀਂ ਹੈ ਬਾਕੀ ਮਸਾਲੇ ਆਪਾਂ ਪੀਸ ਕੇ ਐਨ ਬਰੀਕ ਕਰ ਲੈਣੇ ਆ ਸੋ ਮੈਂ ਤਾਂ ਕਰਕੇ ਇਕੱਠੇ ਕਰ ਲੈਣੇ ਆ ਸਾਰੇ ਇਹ ਸਾਰੇ ਜਿੰਨੇ ਵੀ ਆਪਣੇ ਮਸਾਲੇ ਗ੍ਰਾਇੰਡ ਜਿਹੜੇ ਨਹੀਂ ਹੋਏ ਵੇ ਪਾਊਡਰ ਫੋਰਮ 'ਚ ਉਹਨਾਂ ਨੂੰ ਪਾਊਡਰ ਕਰ ਲੈਣਾ ਇਹਨਾਂ ਨੂੰ ਐਨ ਗ੍ਰਾਇੰਡ ਕਰਕੇ ਅਤੇ ਵਿੱਚੇ ਮੈਂ ਉਹ ਵੀ ਪਾਤੀ ਕਿਉਂਕਿ ਉਹ ਵੀ ਪਾਊਡਰ ਹੀ ਹੈ ਮੈਨੂੰ ਪਟਣ ਲੱਗੇ ਉਹ ਵੀ ਕਿੰਨੇ ਪੀਸ ਕਰਦੇ ਹੋ ਇੱਕ ਦੇ ਮੈਂ ਇੱਕ ਦੇ 8-8 ਪੀਸ ਕਰ ਲੈਣੇ ਬਾਹਰਲੀ ਸਾਈਡ ਨਾ ਲਾ ਦੇਣੀ ਆ ਠੀਕ ਹੈ ਹੁਣ ਮੈਂ ਇਹਨੂੰ ਗ੍ਰਾਇੰਡ ਕਰਕੇ ਲਿਆਉਂਦੀ ਹਾਂ ਕਿੱਥੋਂ ਉੱਧਰ ਰੱਖੀ ਹੋਈ ਆ ਮਸ਼ੀਨ ਕੀ ਗੱਲ ਹੈਲੋ ਨੀਨਾ ਕਿਵੇਂ ਆ ਬੁੱਤੂ ਮਿਆਓ ਨੀਨਾ ਨੇ ਸੱਚੀ ਗੱਲ ਨਹੀਂ ਕੀਤੀ ਮਿਆਓ ਕੀ ਬਿੱਲੀ ਬਿੱਲੀ ਉਰਿਆ ਮਿਆਓ ਹੈ ਬਿੱਲੀ ਮਿਆਓ 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 ਮਨੀ ਲਾਈਟ ਆਨ ਕਰੀ ਤਾਂ ਗਾ ਫਿਰ ਕੀ ਹੋ ਗਿਆ ਮੈਂ ਕਦੇ ਇਹ ਮਸ਼ੀਨ ਯੂਜ਼ ਨਹੀਂ ਕੀਤੀ ਐਕਚੁਅਲੀ ਬਸ ਮਸਾਲੇ ਵਾਲੀ ਹੋ ਆ ਨਾ ਮਸਾਲੇ ਵਾਲੀ ਆ ਫਿਰ ਮੈਂ ਕਦੇ ਵਰਤੀ ਨਹੀਂ ਹਲੇ ਇੱਕ ਵਾਰੀ ਚਾਹ ਦਾ ਮਸਾਲਾ ਬਣਾਇਆ ਸੀ ਬਿੱਲੀ ਬਿੱਲੀ ਨੀਨਾ ਤੁਸੀਂ ਕਰੋ ਨੀਨਾ ਕਰੋ ਨੀਨਾ ਕਰੋ ਛੋਟੀ ਨੀਂ ਕੋ ਤੱਪ ਦੇ ਟੰਗ ਜੋ ਨਾ ਸੈਂਟਰ ਚੋਂ ਹਾਂ ਵੈਰੀ ਗੁੱਡ ਹੋ ਗਿਆ ਥੈਂਕ ਯੂ ਜਾਓ ਖੇਲੋ ਹੁਣ ਜਾਓ ਹੋਰ ਨਹੀਂ ਕਰ ਡੋਲ ਲੈ ਜਾ ਆਪਣੀ ਡਾਇਨਾਸੌਰ ਲੈ ਜਾ ਚੱਕ ਕੇ ਆਪਣੇ ਡੈਡੀ ਕਿੱਧਰ ਜਾ ਕੇ ਆਏ ਸਾਈਕਲ ਚਲਾ ਕੇ ਆਏ ਕਿੰਨਾ ਗੇੜੇ ਕੱਢੇ ਹੁੰਦੇ ਡੈਡੀ ਅੱਛਾ ਕਿੱਥੇ ਗੁਰਦੁਆਰੇ ਦੇ ਆਉਂਦੇ ਅੱਛਾ ਵਧੀਆ ਕਰਨੀ ਆਉਂਦੀ ਆ ਜਿਹੜੀ ਕਿ ਨਹੀਂ ਕਰਨੀ ਆਉਂਦੀ ਚਲੋ ਵਧੀਆ ਸਿੰਨਾ ਉਹਦਾ ਪਰ ਗੁੱਡ ਗੁੱਡ ਇਹ ਭਜਾਈਦਾ ਅੱਛਾ ਹਾਂਜੀ ਪੂਰਾ ਪਾਊਡਰ ਬਣਾ ਲਿਆਂਦਾ ਹੈ ਮਸਾਲਿਆਂ ਦਾ ਖੁਸ਼ਬੂ ਵੀ ਆ ਗਈ ਹੈ ਨਾ ਕਿ ਨਿੰਬੂ ਦੀ ਆ ਰਹੀ ਹੈ ਇਹ ਇਹਨਾਂ ਦੀ ਆ ਰਹੀ ਹੈ ਸਟਰੋਂਗ ਹੁੰਦੀਆਂ ਨਾ ਹਾਂਜੀ ਇੱਕ ਇੱਕ ਨਿੰਬੂ ਦੇ ਨਾ ਮੈਂ 8-8 ਪੀਸ ਕਰ ਰਹੀ ਹਾਂ ਇਹ ਤੁਹਾਡੀ ਆਪਣੀ ਇੱਛਾ ਹੈ ਜਿੱਦਾਂ ਦਾ ਤੁਸੀਂ ਖਾਂਦੇ ਹੋ ਵੱਡਾ ਛੋਟਾ ਆਇਆ ਬੱਚੇ ਨੇ ਵੀ ਲੈਣਾ ਹੋਵੇ ਨਾ ਅਤੇ ਛੋਟਾ ਪੀਸ ਹੋਵੇ ਤਾਂ ਆਪਾਂ ਉਹਨੂੰ ਦੇ ਸਕਦੇ ਹਾਂ ਅਤੇ ਦੂਸਰੇ ਨੰਬਰ ਦੇ ਉੱਤੇ ਇਹਦੇ ਵਿੱਚੋਂ ਨਾ ਬੀਜ ਜਿਹੜੇ ਆਪਾਂ ਕੱਢ ਲੈਣੇ ਆ ਪਰ ਇਹ ਨਿੰਬੂਆਂ ਦੇ ਵਿੱਚ ਬੀਜ ਨਹੀਂ ਹੈਗੇ ਆ ਦੇਖੋ ਅਤੇ ਆਪਾਂ ਨੂੰ ਜ਼ਰੂਰਤ ਨਹੀਂ ਕੱਢਣ ਦੀ ਕੁਛ ਵੀ ਇਹ ਬੀਆਂ ਤੋਂ ਬਿਨਾਂ ਵਾਲੇ ਆ ਬੀਜ ਤੋਂ ਬੀਜ ਜਿਹੜਾ ਨਾ ਉਹ ਕੌੜੇ ਕੌੜਾ ਕਰ ਦਿੰਦਾ ਅਚਾਰ ਨੂੰ ਜਿਹੜੀ ਸਪੈਸ਼ਲ ਹਦਾਇਤ ਆ ਬਸ ਪਾਣੀ ਨਹੀਂ ਲੱਗਣਾ ਚਾਹੀਦਾ ਅਚਾਰ ਨੂੰ ਹੈ ਨਾ ਹੈ ਨਾ ਮੰਮੀ ਬਿਲਕੁਲ ਪਾਣੀ ਨਹੀਂ ਲੱਗਣਾ ਚਾਹੀਦਾ ਬਸ ਸੁੱਕੇ ਹੱਥ ਮਤਲਬ ਮੇਲੇ ਮੁਲੇ ਨਾ ਹੱਥ ਹੋਣ ਕਿ ਕੋਈ ਚੀਜ਼ ਬਣਾ ਰਹੇ ਹਾਂ ਬਣਾਉਂਦੇ ਬਣਾਉਂਦੇ ਆਪਾਂ ਕਹੀਏ ਵੀ ਆਪਣੇ ਹੈਗੇ ਆ ਅਤੇ ਆਪਾਂ ਉੱਥੇ ਉੱਦਾਂ ਹੀ ਲਾ ਲਈਏ ਹੱਥ ਉਹ ਨਹੀਂ ਲੱਗਣੀ ਚਾਹੀਦੀ ਅਤੇ ਦੋ ਰੱਖ ਲਏ ਮੈਂ ਇਹਦੇ ਵਿੱਚੋਂ ਇਹ ਮੈਂ ਰਸਾ ਮਤਲਬ ਕੱਢ ਕੇ ਵਿੱਚ ਉੱਤੇ ਪਾ ਦਾਂਗੀ ਇਹਦੇ ਅੱਛਾ ਆਪਾਂ ਲੱਗਿਆ ਸ਼ੁਰੂ ਕਰਨ ਅੱਛਾ ਮਤਲਬ ਨਿੰਬੂ ਨਿਚੋੜ ਕੇ ਇਹਦਾ ਰਸਾ ਬਾਅਦ ਚ ਰਸਾ ਪਾ ਦਾਂਗੇ ਕਿ ਇਹ ਮਤਲਬ ਡਿਪ ਹੋਣਾ ਚਾਹੀਦਾ ਉੱਤੇ ਅੱਛਾ ਇੱਕ ਚੀਜ਼ ਆ ਜਿਹੜਾ ਅਚਾਰ ਆ ਨਾ ਖੱਟਾ ਮਿੱਠਾ ਬਣਨਾ ਨਹੀਂ ਨਾ ਤੂੰ ਕੀ ਰੌਲਾ ਪਾਇਆ ਪੁੱਤ ਨਹੀਂ ਖੁੱਲਦੀ ਤੇ ਪੁੱਤ ਗੁੱਸੇ ਹੋ ਕੇ ਖੁੱਲ ਜੂਗੀ ਹੈ ਮੂੰਗਫਲੀ ਡਰਦੀ ਹੈ ਤੇ ਤੂੰ ਵੀ ਗੁੱਸੇ ਹੋ ਕੇ ਖੁੱਲ ਜੂ ਚਾ ਖੋਲੋ ਇਲੀਨ ਨੂੰ ਬਿਜ਼ੀ ਕੀਤਾ ਹੋਇਆ ਚਾ ਖੋਲ ਹੁਣ ਪਹਿਲਾਂ ਗੁੱਸੇ ਹੋ ਕੇ ਖੋਲ ਕੇ ਦਿਖਾ ਮੈਨੂੰ ਪੁੱਤਰੂ ਉਹ ਨੀਨਾ 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 ਗੰਦੀ ਆ ਤੈਨੂੰ ਪਤਾ ਨੀਨਾ ਗੰਦੀ ਆ ਨੀਨਾ ਤੂੰ ਗੰਦੀ ਆ ਨਾ ਨੀਨਾ ਸਾਡੀ ਗੰਦੀ ਆ ਕਿ ਨੋਨੀ ਆ ਥੈਂਕ ਯੂ ਵੈਲਕਮ
आ जिहड़े मतलब नींबूआं चों रस कढ़े आ ना इह वी विच्चे पा देणे आ क्योंकि इह तां रसा सारा विच्चे भर जाणा इहदे। मैं तां आवां हाथ हुण हाथ तो पाणी नहीं लाउणा, डोंट वरी, चंगी तरह सुका के पूंज के फिर आउणा मैं, है ना। बिल्कुल। ते मैं हुण सारा कुछ पा के ना इह रला देण लगी आ विच। अच्छा, वड्डे बाउल दे विच ही? हाँ, इहदे विच ही सौखा रल जांदा सारा। रोज धुप लवानी, अपनी धुप वेख लियो तुहाडी किद्दां दी आ। साडे न्यूजीलैंड च बहुत तिखी धुप आ। धुप है जिहड़ी, ढक्कण खोल के लवानी, ढक्कण लग गई खोल के लग जावे ज्यादा बेस्ट, एक भांडे दे विच पा के निकली जावे गर्मी च। होर की, होर ਵੀ ਉਹ ਭਾਫ ਜੀ ਨਾ ਬਣੇ ਵਿੱਚ। ਪਾਣੀ ਤਾਂ ਬਿਲਕੁਲ ਮਤਲਬ ਸੌ ਖਾ ਲਓ ਵੀ ਪਾਣੀ ਦੇ ਲਾਗੇ ਨਹੀਂ ਕਰ ਦੇਣਾ ਚਾਰ ਨੂੰ, ਫਿਰ ਚਾਰ ਦੀ ਉਮਰ ਲੰਬੀ ਹੁੰਦੀ ਆ। ਹਾਂਜੀ, ਮੈਂ ਇਹ ਛੋਟੇ ਜਿਹੇ ਮਰਤਬਾਨ ਚ ਪਾ ਲਿਆ ਇਹਨੂੰ, ਜਿਹੜਾ ਮਤਲਬ ਵਿੱਚ ਚੰਗੀ ਤਰ੍ਹਾਂ ਮੈਂ ਬਾਹਰ ਹੀ ਰਲਾ ਲਿਆ ਸੀ, ਰਲਾ ਕੇ ਮੈਂ ਇਹਦੇ ਵਿੱਚ ਭਰਤਾ ਅਤੇ ਭਰ ਕੇ ਉੱਤੇ ਮੈਂ ਇਹਦੇ ਰਸ ਪਾਉਣ ਲੱਗੀ ਹਾਂ। ਦੇਖੋ, ਨਿੰਬੂ ਦਾ ਰਸ, ਨਿੰਬੂ ਦਾ ਜਿਹੜਾ ਕੱਢਿਆ ਸੀ, ਦੋ ਨਿੰਬੂਆਂ ਦਾ ਰਸ ਕੱਢਿਆ ਸੀਗਾ ਉਹ ਉੱਤੇ ਪਾਤਾ ਜਿਹੜਾ ਮੈਂ ਕੱਢਿਆ ਸੀ ਮੰਮੀ। ਹਾਂ ਬਿਲਕੁਲ, ਦੋ ਕੁ ਮਹੀਨਿਆਂ 'ਚ ਤਿਆਰ ਹੋ ਜੂਗਾ ਅਚਾਰ, ਕਿਉਂਕਿ ਇਹ ਟਾਈਮ ਲੱਗਦਾ ਇਸ ਅਚਾਰ ਨੂੰ, ਆਪਾਂ ਜਦੇ ਖਾ ਲਈਏ ਥੋੜ੍ਹਾ ਕੱਚਾ ਰਹਿ ਜਾਂਦਾ, ਫਿਰ ਦੋ ਕੁ ਮਹੀਨੇ ਰੱਖ ਕੇ ਫਿਰ ਵਰਤੋ ਅਤੇ ਵੇਖਿਓ ਕਿੰਨਾ ਸੋਹਣਾ ਬਣਦਾ। ਅਤੇ ਇਹਦੇ ਵਿੱਚ ਸਟੀਲ ਦਾ ਚਮਚਾ ਵੀ ਨਹੀਂ ਛੱਡਣਾ ਹੈਗਾ, ਕਦੇ ਵੀ ਅਚਾਰ ਦੇ ਵਿੱਚ ਕੋਈ ਵੀ ਚਮਚਾ ਨਹੀਂ ਛੱਡੀਦਾ, ਨਹੀਂ ਜੰਗਾਲ ਫੜ ਜਾਂਦਾ ਹੈ ਲੂਣ ਕਰਕੇ। ਲੂਣ ਕਰਕੇ। ਅੱਛਾ, ਮੈਂ ਨਾ ਇੱਕ ਉਹ ਜਿਹੜਾ ਪਹਿਲਾਂ ਦਾ ਆਪਣਾ ਬਣਿਆ ਪਿਆ ਅਚਾਰ ਮੈਂ ਤੁਹਾਨੂੰ ਦਿਖਾਉਣਾ, ਆ ਦੇਖੋ ਇੱਦਾਂ ਦਾ ਬਣ ਜਾਣਾ ਅਚਾਰ ਇਹ। ਸੋ ਇਹ ਹੈਗੀ ਆ ਆਪਣੀ ਟ੍ਰੈਡੀਸ਼ਨਲ ਨਿੰਬੂ ਦੇ ਅਚਾਰ ਦੀ ਰੈਸਪੀ, ਜਿਹੜੀ ਕਿ ਸਾਡੇ ਦਾਦਾ ਜੀ ਨੇ ਦਿੱਤੀ ਸੀਗੀ ਮੰਮੀ ਉਹਨਾਂ ਨੂੰ, ਤੇ ਇੰਡੀਆ ਵੀ ਆਪਾਂ ਪਤਾ ਨਹੀਂ ਕਿੰਨੇ ਸਾਲ ਖਾਧਾ ਨਾ ਇਹ ਅਚਾਰ। ਖੱਟਾ ਮਿੱਠਾ ਆਉਂਦਾ, ਮੈਂ ਥੋੜ੍ਹਾ ਹੀ ਲੈਣਾ ਉਹਨਾਂ, ਕਦੇ ਕਦੇ ਰੋਟੀ ਨਾਲ, ਛੋਲਿਆਂ ਦੀ ਦਾਲ ਨਾਲ, ਮੂੰਗੀ ਮਸਲੀ ਦੀ ਦਾਲ ਨਾਲ ਬਹੁਤ ਵਧੀਆ ਲੱਗਦਾ। ਕੋਈ ਵੀ ਤਰੀ ਵਾਲੀ ਸਬਜ਼ੀ ਹੋਵੇ, ਤੇ ਬਾਕੀ ਇਹ ਪੇਟ ਦਰਦ ਲਈ ਬਹੁਤ ਵਧੀਆ ਦਵਾਈ ਹੈ ਕਿਸਮ ਦੀ, ਤੁਸੀਂ ਦਵਾਈ ਨਾਲ ਉਹਦੀ ਜਗ੍ਹਾ ਇਹ ਖਾ ਲਓ ਜਦੋਂ ਇਹ ਕਾਲਾ ਹੋ ਗਿਆ, ਜਦੋਂ ਤੁਹਾਡਾ ਕਾਲਾ ਹੋ ਗਿਆ ਨਾ ਉਦੋਂ ਸਮਝੋ ਇਹਦੀ ਨਿਸ਼ਾਨੀ ਜੇ ਇਹ। ਬਾਕੀ ਐਂ ਅਚਾਰ ਹੀ ਖਾਂਦੇ ਹੋਏ ਤੁਹਾਨੂੰ ਗਿਲਟੀ ਨਹੀਂ ਫੀਲ ਹੁੰਦਾ, ਠੀਕ ਹੈ ਲੂਣ ਹੁੰਦਾ ਜਿਹਨਾਂ ਨੂੰ ਲੂਣ ਤੋਂ ਪ੍ਰੋਬਲਮ ਹੋਏਗੀ, ਪਰ ਅਦਰਵਾਈਜ਼ ਗਿਲਟੀ ਨਹੀਂ ਫੀਲ, ਕਿਉਂਕਿ ਬਾਜ਼ਾਰ ਤੋਂ ਜੇ ਤੁਸੀਂ ਅਚਾਰ ਲੈਣ ਜਾਂਦੇ ਹੋ ਉਹ 'ਚ ਕਿੰਨਾ ਤੇਲ ਕਿੰਨਾ ਕੁਛ ਹੋਰ ਵੀ ਐਕਸਟਰਾ ਪਾਉਂਦੇ ਆ, ਤੇਲ ਬਿਲਕੁਲ ਨਹੀਂ ਪਿਆ। ਐਟਲੀਸਟ ਆਪਾਂ ਨੂੰ ਪਤਾ ਹੈ ਕਿ ਆਪਾਂ ਜੋ ਚੀਜ਼ਾਂ ਪਾਈਆਂ ਸ਼ੁੱਧ ਆ, ਵਿੱਚ ਕੁਛ ਵੀ ਹੋਰ ਮਤਲਬ ਖਰਾਬ ਚੀਜ਼ ਨਹੀਂ ਹੈਗੀ। ਅਤੇ ਬਾਕੀ ਦੱਸਿਓ ਪਾ ਕੇ ਜਾਂ ਤਿਆਰ ਹੋ ਗਿਆ, ਫਿਰ ਉਦੋਂ ਵੀ ਦੱਸਿਓ ਵੀ ਵਾਕਈ ਸੋਹਣਾ ਬਣਿਆ ਕਿ ਨਹੀਂ ਬਣਿਆ, ਆਪਣੇ ਕਮੈਂਟ ਵਿੱਚ ਛੱਡਿਓ, ਦੱਸਿਓ ਸਾਨੂੰ ਤੁਹਾਨੂੰ ਕਿੱਦਾਂ ਲੱਗਿਆ ਇਹ ਅਚਾਰ। ਖਾਂਦੇ ਪੀਂਦੇ ਚੰਗੀ ਤਰ੍ਹਾਂ, ਸਾਰਾ ਕੁਛ ਵਧੀਆ ਵਧੀਆ ਖਾਂਦੇ ਪੀਂਦੇ ਰਹੋ, ਸੋਹਣੀਆਂ ਸਿਹਤਾਂ ਰਹਿਣ ਤੁਹਾਡੀਆਂ, ਰਾਜੀ ਬਾਜੀ ਰਹੋ, ਖੁਸ਼ੀਆਂ ਵੰਡੋ। ਅਤੇ ਚਲੋ ਠੀਕ ਆ ਜੀ, ਫਿਰ ਮੈਨੂੰ ਉਮੀਦ ਆ ਵੀ ਤੁਹਾਨੂੰ ਇਹ ਅਚਾਰ ਦੀ ਰੈਸਪੀ ਵਧੀਆ ਲੱਗੀ ਹੋਊਗੀ, ਅਤੇ ਕਾਫੀ ਮਤਲਬ ਜਿਵੇਂ ਆਪਣੇ ਯੂਟਿਊਬ ਫੈਮਿਲੀ ਤੋਂ ਕਾਫੀ ਮੈਂਬਰਸ ਨੇ ਨਾ ਕਿਹਾ ਸੀਗਾ ਵੀ ਨਿੰਬੂ ਦੇ ਅਚਾਰ ਦੀ ਰੈਸਪੀ ਪਾਓ, ਸੋ ਫਾਈਨਲੀ ਆਪਣੇ ਨਿੰਬੂ ਹੀ ਹੁਣ ਤਿਆਰ ਹੋਇਆ। ਤਾਂ ਮੰਮੀ ਕਹਿ ਰਹੇ ਸੀ ਕਹਿੰਦੇ ਘਰ ਦੇ ਨਿੰਬੂ ਦੀਆਂ ਪਾਉਣੀਆਂ, ਬਾਜ਼ਾਰ ਤੋਂ ਨਹੀਂ ਲੈ ਕੇ ਆਉਣੇ, ਸੋ ਤਾਂ ਕਰਕੇ ਥੋੜ੍ਹਾ ਜਿਹਾ ਟਾਈਮ ਲੱਗ ਗਿਆ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ, ਪਲੀਜ਼ ਆਪਣੇ ਫੈਮਿਲੀ ਫਰੈਂਡਸ ਦੇ ਨਾਲ ਅੱਗੇ ਸ਼ੇਅਰ ਕਰਿਓ, ਵੀਡੀਓ ਨੂੰ ਲਾਈਕ ਕਰਿਓ, ਅਤੇ ਆਪਣੇ ਵੈਲਿਊਏਬਲ ਕਮੈਂਟਸ ਜ਼ਰੂਰ ਦਿਓ। ਥੈਂਕ ਯੂ ਸੋ ਮੱਚ, ਮਿਲਦੇ ਹਾਂ ਛੇਤੀ ਨਵੀਂ ਵੀਡੀਓ ਲੈ ਕੇ। ਸਤਿ ਸ਼੍ਰੀ ਅਕਾਲ।